ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਰੇ ਇੱਥੇ ਆਏ ਹੋ ਅੱਜ। ਜਿਨ੍ਹਾਂ ਜਿਨ੍ਹਾਂ ਨੇ ਵੀ ਫਿਲਮ ਦੇਖੀ ਆ ਉਹਨਾਂ ਉਹ ਸ਼ਾਇਦ ਸਮਝ ਗਏ ਹੋਣਗੇ ਫਿਲਮ ਇਸ ਕਿਸ ਚੀਜ਼ ਦੇ ਬਾਰੇ ਆ। ਬਹੁਤ ਪ੍ਰੋਫਾਉਂਡ ਐਲੀਮੈਂਟ ਪੋਰਟਰੇ ਹੋਇਆ, ਅਤੇ ਜਿਵੇਂ ਸਾਨੀ ਸਰ ਨੇ ਕਿਹਾ ਕਿ ਇਹ ਮਤਲਬ ਕਿ ਪੈਰਲਲ ਸਿਨੇਮਾ, ਇੱਕ ਕੱਟ ਸਿਨੇਮਾ ਜਿੱਦਾਂ ਹੁੰਦਾ ਉਸ ਤਰ੍ਹਾਂ ਬਣ ਗਿਆ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਓਬਵੀਅਸਲੀ ਪ੍ਰੋਡਿਊਸਰ ਐਂਡ ਕੋ ਐਕਟਰ ਨੀਲ ਬਾਜਵਾ ਜੀ ਦਾ, ਸੰਤੋਸ਼ ਸਰ ਦਾ, ਸਾਡੇ ਡਾਇਰੈਕਟਰ ਉਦੇ ਪ੍ਰਤਾਪ ਸਿੰਘ, ਜਗਦੀਪ ਸਿੰਘ ਵੜਿੰਗ ਜਿਨ੍ਹਾਂ ਨੇ ਫਿਲਮ ਲਿਖੀ ਆ, ਉਹ ਸਾਰਾ ਕਿਉਂ ਰਿਲੀਜ਼ ਸੀ। ਤੁਸੀਂ ਮੇਰੇ 'ਤੇ ਵੀ ਇੰਨਾ ਇਤਬਾਰ ਕੀਤਾ, ਇੰਨਾ ਕਰੈਕਟਰ ਕਰਨ ਦਾ ਮੌਕਾ ਦਿੱਤਾ, ਅਤੇ ਮੈਂ ਜਿੰਨਾ ਵੀ ਹੋ ਸਕਿਆ ਉਹਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਹੈ। ਔਰ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਕਿ 19 ਫਰਵਰੀ ਵਿੱਚ ਰਿਲੀਜ਼ ਮੁਕੰਮਲ ਤੌਰ 'ਤੇ ਹੋਣੀ ਆ। ਇੱਥੇ ਸਿਰਫ ਜਿਹੜਾ ਸੋ ਪ੍ਰੀਮੀਅਰ ਸੀਗਾ, ਸਕਰੀਨਿੰਗ ਸੀ, ਸੋ ਤੁਸੀਂ ਜ਼ਰੂਰ ਦੇਖਣਾ। ਸ਼ਾਇਰ ਬਿਨਾਂ ਮੁਹੱਬਤ ਨਹੀਂ ਅਧੂਰੀ, ਮੁਹੱਬਤ ਬਿਨਾਂ ਸ਼ਾਇਰ ਅਧੂਰਾ। So, I adore her. I clap them. Jada Masjid kaise mera pasandida scene hai. Ye kab dastaan apne movie liye kuch shabd ko shabd tak bulana hove. Do shabd. Main kahunga ki aankhiyan bandiyan ne khaas taur te hindi film bade bade bhag nal bandi hai jide vich inne element inne sachai nal inni bareeki de nal aunde aa. So main ek vari taqeed karda hain todi zindagi de 2 ghante 40 minute hai, sirf 20 minute aan jaan hoga. ਜ਼ਰੂਰ ਇੱਕ ਵਾਰੀ ਅਪਰੀਸ਼ੀਏਟ ਦਿਓ ਫਿਲਮ ਦੇਖਣ ਦੇ ਲਈ, ਅਤੇ ਤੁਸੀਂ ਮੇਰੇ ਖਿਆਲ 'ਚ ਕੋਸ਼ਿਸ਼
ਕੁਦਰਤ ਨੂੰ ਕੁਛ ਨਹੀਂ, ਬਸ ਇਹੀ ਜਿਹੜਾ ਕੁਛ ਮੈਂ ਤਾਂ ਕਹਿਣਾ ਸੀ ਤਾਂ ਮੈਂ ਕਹਿ ਹੀ ਦਿੱਤਾ ਜੀ ਉੱਥੇ। ਅਤੇ ਮੈਨੂੰ ਲੱਗਦਾ ਇਹ ਫਿਲਮ ਐਕਸਪੀਰੀਅੰਸ ਕਰਨੀ ਚਾਹੀਦੀ ਸਾਨੂੰ ਸਿਨੇਮਾ ਥੀਏਟਰ 'ਚ ਆ ਕੇ, ਅਤੇ ਬਹੁਤ ਵਧੀਆ ਐਕਸਪੀਰੀਅੰਸ ਰਹੂਗਾ ਤੁਹਾਡਾ। ਅਤੇ ਬਾਕੀ ਜਿਹੜੇ ਮੈਂ ਜਿਵੇਂ ਫਿਲਮ ਦੇਖੀ ਆ, ਇੱਕ ਰਾਈਟਰ ਨੂੰ ਜੇ ਬਾਹਰ ਕੱਢ ਕੇ ਸੋਚਾਂ ਤਾਂ ਵੈਸੇ ਮੈਨੂੰ ਲੱਗਦਾ ਕਿ ਤੁਸੀਂ ਦੋਨੇ ਲੈਜੈਂਡ ਤਾਂ ਹੈਗੇ, ਪਰ ਬਾਈ ਜੋ ਪਰਫੋਰਮ ਕੀਤਾ ਜਿਸ ਤਰੀਕੇ ਨਾਲ, ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਮੇਰੇ ਦਿਮਾਗ 'ਚੋਂ ਨਹੀਂ ਨਿਕਲੀ ਪਰਫੋਰਮੈਂਸ, ਕੁਛ ਵੀ ਮੇਰੇ ਦਿਮਾਗ 'ਚੋਂ ਨਹੀਂ ਨਿਕਲ ਰਿਹਾ, ਨਾ ਮੈਂ ਤੋਂ ਕੁਛ ਬੋਲਿਆ ਜਾ ਰਿਹਾ। ਬਸ ਮੈਂ ਇਹੀ ਕਹੂੰਗਾ ਕਿ ਫਿਲਮ ਸਾਰੇ ਜਣੇ ਜ਼ਰੂਰ ਦੇਖਿਆ, ਜ਼ਰੂਰ ਦੇਖਿਆ ਫਿਲਮ ਸਾਰੇ ਜਣੇ ਦੋਨੋਂ। ਬਾਕੀ ਸਾਰਾ ਧੰਨਵਾਦ। Thank you so much. Thank you.